ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ 'ਤੇ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਬੁਣਤੀ ਦਾ ਬਹੁਤ ਹੀ ਵਧੀਆ ਡਿਜ਼ਾਇਨ ਲੈ ਕੇ। ਇਹ ਡਿਜ਼ਾਇਨ ਸਪੈਸ਼ਲ ਭੈਣਾਂ ਦੀ ਫਰਮਾਇਸ਼ 'ਤੇ ਆ। ਆਪਾਂ ਇੱਕ ਪੋਸਟ ਪਾਈ ਸੀ, ਉਹਦੇ ਵਿੱਚ ਪੁੱਛਿਆ ਸੀਗਾ ਵੀ ਆਪਾਂ ਡਿਜ਼ਾਇਨ ਕਿਹੜਾ ਬਣਾਈਏ, ਅਤੇ ਭੈਣਾਂ ਦੇ ਬਹੁਤ ਕਮੈਂਟ ਆਏ ਉਹਦੇ ਵਿੱਚ। ਆਪਾਂ ਲੇਡੀਜ਼ ਕੋਟੀ ਦੇ ਡਿਜ਼ਾਇਨ ਲਈ ਕਮੈਂਟ ਆਏ ਨੇ ਭੈਣਾਂ ਦੇ, ਇਸ ਲਈ ਆਪਾਂ ਸਪੈਸ਼ਲ ਭੈਣਾਂ ਲਈ ਅੱਜ ਇੱਕ ਡਿਜ਼ਾਇਨ ਲੈ ਕੇ ਆਏ ਹਾਂ। ਬਹੁਤ ਸੋਹਣਾ ਡਿਜ਼ਾਇਨ ਆ। ਡਿਜ਼ਾਇਨ ਬਣਾਉਣ ਲਈ ਆਪਾਂ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ, ਅਤੇ 8 ਸਿਲਾਈ ਦਾ ਇਹ ਆਪਣਾ ਡਿਜ਼ਾਇਨ ਆ। ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਲੈ ਕੇ ਇੱਕ ਕੁੰਡਾ ਆਪਾਂ ਵੱਧ ਲੈ ਲਾਂਗੇ, 8 ਸਿਲਾਈਆਂ ਦੇ ਵਿੱਚ ਬਣ ਕੇ ਤਿਆਰ ਹੋ ਜੂ ਇਹ ਡਿਜ਼ਾਇਨ। ਇਹ ਹੈਗੀ ਡਿਜ਼ਾਇਨ ਦੀ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ। ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਬਿਨਾਂ ਬੁਣੇ ਉਤਾਰ ਲੈਣਾ, 3 ਕੁੰਡੇ ਉਲਟੇ, 1 2 3, ਧਾਗਾ ਪਿੱਛੇ ਕਰਕੇ 1 ਕੁੰਡਾ ਸਿੱਧਾ। ਇਹੀ 4 ਕੁੰਡਿਆਂ ਨੂੰ ਰਿਪੀਟ ਕਰਨਾ ਆਪਾਂ, 3 ਕੁੰਡੇ ਉਲਟੇ, 1 ਕੁੰਡਾ ਸਿੱਧਾ, 3 ਕੁੰਡੇ ਉਲਟੇ, 3 ਵਾਲਾ ਕੁੰਡਾ ਆਪਾਂ ਸਿੱਧਾ ਬੁਣ ਦਿਆਂਗੇ। ਡਿਜ਼ਾਇਨ ਦੀ ਆ ਗਈ ਦੂਜੀ ਸਿਲਾਈ, ਬੈਕ ਸਾਈਡ ਆ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ, ਧਾਗਾ ਆਪਾਂ ਪਿੱਛੇ ਕਰ ਲੈਣਾ। ਜਿਹੜੇ 3 ਕੁੰਡੇ ਉੱਧਰ ਆਪਾਂ ਉਲਟੇ ਬਣਾਏ ਨੇ, ਸਿੱਧੇ ਬੁਣਾਂਗੇ, 3 ਕੁੰਡੇ ਸਿੱਧੇ, 1 ਕੁੰਡਾ ਉਲਟਾ, 3 ਕੁੰਡੇ ਸਿੱਧੇ, 1 ਕੁੰਡਾ ਉਲਟਾ। ਤਿੰਨ ਕੁੰਡੇ ਸਿੱਧੇ, ਅਤੇ ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਸਿੱਧਾ ਹੀ ਬੁਣ ਦਿਆਂਗੇ। ਹੁਣ ਆ ਗਏ ਆਪਾਂ ਡਿਜ਼ਾਇਨ ਦੀ ਤੀਜੀ ਸਿਲਾਈ 'ਤੇ, ਸਿੱਧੇ ਪਾਸੇ। ਪਹਿਲਾ ਕੁੰਡਾ ਹਰ ਵਾਰੀ ਦੀ ਤਰ੍ਹਾਂ ਬਿਨਾਂ ਬੁਣੇ ਉਤਾਰ ਕੇ, 3 ਕੁੰਡੇ ਉਲਟੇ, 1 2 3, ਧਾਗਾ ਪਿੱਛੇ ਕਰ ਲੈਣਾ। ਆਹ ਵਾਲਾ ਜਿਹੜਾ ਸਿੱਧਾ ਕੁੰਡਾ, ਇਹਨੂੰ ਆਪਾਂ 2 ਵਾਰੀ ਬੁਣਨਾ, 1 ਵਾਰੀ ਬੁਣ ਲਿਆ ਅਤੇ 1 ਵਾਰੀ ਆਪਾਂ ਇਹਨੂੰ ਫਿਰ ਬੁਣ ਲੈਣਾ ਇਸ ਤਰ੍ਹਾਂ। 3 ਕੁੰਡੇ ਉਲਟੇ, ਧਾਗਾ ਪਿੱਛੇ ਕਰ ਲੈਣਾ, ਕੁੰਡਾ 2 ਵਾਰੀ ਬੁਣਨਾ, ਚਾਹੇ ਤੁਸੀਂ 2 ਵਲ ਮਾਰ ਲਓ ਇਸ ਤਰ੍ਹਾਂ, ਇੱਕੋ ਹੀ ਗੱਲ ਆ। ਤਿੰਨ ਕੁੰਡੇ ਉਲਟੇ, ਸਿੱਧੇ ਕੁੰਡੇ ਨੂੰ ਇਸ ਤਰ੍ਹਾਂ ਆਪਾਂ 2 ਵਾਰੀ ਵਲ ਮਾਰ ਕੇ ਬੁਣ ਲਾਂਗੇ, ਫਿਰ 3 ਕੁੰਡੇ ਉਲਟੇ, ਲਾਸਟ ਵਾਲਾ ਕੁੰਡਾ ਆਪਣਾ ਸਿੱਧਾ ਆ ਜੂਗਾ। ਚੌਥੀ ਸਿਲਾਈ ਹੈ ਜੀ ਡਿਜ਼ਾਇਨ ਦੀ ਬੈਕ ਸਾਈਡ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ, 3 ਕੁੰਡੇ ਸਿੱਧੇ, 1 2 3, ਧਾਗਾ ਆਪਣੇ ਵੱਲ ਕਰ ਲੈਣਾ। ਜਿਹੜਾ ਆਪਾਂ ਇੱਧਰ ਸਿੱਧੇ ਕੁੰਡੇ ਨੂੰ 2 ਵਾਰੀ ਵਲ ਮਾਰ ਕੇ ਬੁਣਿਆ, ਇਹ ਵਲ ਦੇੜ ਦੇਣਾ ਅਤੇ ਇਹ ਕੁੰਡੇ ਨੂੰ ਬਿਨਾਂ ਬੁਣੇ ਉਤਾਰ ਲੈਣਾ, ਧਾਗਾ ਪਿੱਛੇ ਕਰ ਲੈਣਾ, 3 ਕੁੰਡੇ ਸਿੱਧੇ, ਫਿਰ ਧਾਗਾ ਆਪਣੇ ਵੱਲ ਕਰਕੇ ਆਹ ਕੁੰਡੇ ਦਾ ਵਲ ਦੇੜ ਲੈਣਾ ਆਪਾਂ ਇਸ ਤਰ੍ਹਾਂ, ਅਤੇ ਬਿਨਾਂ ਬੁਣੇ ਉਤਾਰ ਕੇ
ਤਿੰਨ ਕੁੰਡੇ ਸਿੱਧੇ ਬੁਣ ਦੇਣੇ ਨੇ। ਚੌਥੀ ਸਿਲਾਈ ਹੈ ਜੀ ਡਿਜ਼ਾਇਨ ਦੀ, ਇਹ ਧਿਆਨ ਨਾਲ ਦੇਖਿਓ ਇਸ ਤਰ੍ਹਾਂ। ਲਾਸਟ ਵਾਲਾ ਕੁੰਡਾ ਸਿੱਧਾ। ਪੰਜਵੀਂ ਸਿਲਾਈ 'ਤੇ ਆ ਗਈ ਡਿਜ਼ਾਇਨ ਦੀ, ਅਤੇ ਪਹਿਲਾ ਕੁੰਡਾ ਬਿਨਾਂ ਬੁਣੇ ਹਰ ਵਾਰੀ ਤਰ੍ਹਾਂ ਉਤਾਰ ਕੇ ਤਿੰਨ ਕੁੰਡੇ ਉਲਟੇ ਆ ਜਿਹੜਾ ਸਿੱਧਾ ਕੁੰਡਾ ਇਹਨੂੰ ਹੁਣ ਆਪਾਂ ਸਿੱਧਾ ਹੀ ਬੁਣ ਦੇਣਾ ਇਸ ਤਰ੍ਹਾਂ। ਫਿਰ ਤਿੰਨ ਕੁੰਡੇ ਉਲਟੇ, ਇੱਕ ਕੁੰਡਾ ਸਿੱਧਾ। ਪੰਜਵੀਂ ਸਿਲਾਈ ਚੱਲ ਰਹੀ ਹੈ ਜੀ ਡਿਜ਼ਾਇਨ ਦੀ ਆਪਣੀ, ਥੋੜ੍ਹਾ ਜਿਹਾ ਧਿਆਨ ਨਾਲ ਦੇਖਿਓ। ਡਿਜ਼ਾਇਨ ਸੋਹਣਾ ਬਹੁਤ ਆ ਅਤੇ ਬਣਾਉਣਾ ਵੀ ਆਸਾਨ ਆ। ਲਾਸਟ ਵਾਲਾ ਕੁੰਡਾ ਸਿੱਧਾ। ਛੇਵੀਂ ਸਿਲਾਈ ਬੈਕ ਸਾਈਡ, ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ ਤਿੰਨ ਕੁੰਡੇ ਸਿੱਧੇ, ਇੱਕ ਦੋ ਤਿੰਨ, ਇੱਕ ਕੁੰਡਾ ਉਲਟਾ, ਤਿੰਨ ਕੁੰਡੇ ਸਿੱਧੇ। ਇੱਕ ਕੁੰਡਾ ਉਲਟਾ, ਫਿਰ ਆਪਣੇ ਤਿੰਨ ਕੁੰਡੇ ਸਿੱਧੇ। ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਹੀ ਬੁਣ ਦਿਆਂਗੇ। ਹੁਣ ਆ ਗਏ ਜੀ ਸੱਤਵੀਂ ਸਿਲਾਈ 'ਤੇ। ਸੱਤਵੀਂ ਸਿਲਾਈ ਥੋੜ੍ਹੀ ਜਿਹੀ ਧਿਆਨ ਨਾਲ ਦੇਖਿਓ। ਪਹਿਲਾ ਕੁੰਡਾ ਬਿਨਾਂ ਬੁਣੇ ਉਤਾਰ ਕੇ ਤਿੰਨ ਕੁੰਡੇ ਉਲਟੇ, ਧਾਗਾ ਪਿੱਛੇ ਕਰ ਲੈਣਾ। ਆਹ ਪਹਿਲਾ ਹੋਲ ਜਿਹਾ ਛੱਡ ਕੇ ਆਪਾਂ ਜਿਹੜਾ ਆਹ ਵਾਲੀ ਵੱਡਾ ਆਪਾਂ ਨੂੰ ਦਿਖਦਾ ਨਾ ਹੋਲ, ਇਹਦੇ ਵਿੱਚ ਆਪਾਂ ਇਸ ਤਰ੍ਹਾਂ ਸਿਲਾਈ ਪਾ ਕੇ ਇੱਕ ਵਾਰੀ ਬੁਣ ਲਿਆ। ਫਿਰ ਸਿਲਾਈ ਉੱਪਰ ਦੀ ਧਾਗਾ ਘੁਮਾਉਣਾ, ਦੋ ਤਿੰਨ, ਫਿਰ ਧਾਗਾ ਘੁਮਾਉਣਾ ਚਾਰ, ਇੱਕ ਵਾਰੀ ਫਿਰ ਬੁਣ ਲੈਣਾ ਪੰਜ। ਇੱਥੋਂ ਆਪਾਂ ਪੰਜ ਕੁੰਡੇ ਬਣਾ ਲੈਣੇ ਨੇ। ਪੰਜ ਕੁੰਡਿਆਂ ਨੂੰ ਹੁਣ ਆਪਾਂ ਇੱਧਰਲੀ ਸਿਲਾਈ 'ਤੇ ਪਾ ਕੇ ਇਸ ਤਰ੍ਹਾਂ, ਜਿਹੜਾ ਕੁੰਡਾ ਆਪਣਾ ਸਿੱਧਾ ਨਾਲ ਦਿਖਦਾ ਸੀ ਉਹਨੂੰ ਵੀ ਆਪਾਂ ਇਸ ਤਰ੍ਹਾਂ ਨਾਲ ਹੀ ਇਕੱਠੇ ਕਰ ਲੈਣਾ। ਅਤੇ ਪੰਜ ਕੁੰਡਿਆਂ ਤੋਂ ਹੁਣ ਆਪਾਂ ਨਾਲ ਦੀ ਨਾਲ ਇੱਥੇ ਇੱਕ ਕੁੰਡਾ ਬਣਾ ਦੇਣਾ। ਛੇ ਕੁੰਡਿਆਂ ਤੋਂ, ਛੇ ਕੁੰਡਿਆਂ ਤੋਂ ਇੱਕ ਕੁੰਡਾ ਬਣ ਗਿਆ ਹੁਣ ਇੱਥੇ ਆਪਣਾ। ਫਿਰ ਤਿੰਨ ਕੁੰਡੇ ਉਲਟੇ, ਧਾਗਾ ਪਿੱਛੇ ਕਰ ਲੈਣਾ। ਆਹ ਜਿਹੜਾ ਆਪਾਂ ਨੂੰ ਗਲੀ ਦਿਖਦੀ ਹੈ ਨਾ, ਇਹਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਪੰਜ ਕੁੰਡੇ ਬਣਾਉਣੇ ਨੇ। ਇੱਕ ਸਿਲਾਈ ਦੇ ਉੱਪਰ ਧਾਗਾ ਘੁਮਾਉਣਾ, ਦੋ ਤਿੰਨ ਚਾਰ ਪੰਜ,
ਅਤੇ ਆਹ ਵਾਲੇ ਕੁੰਡੇ ਨੂੰ ਵੀ ਆਪਾਂ ਇੱਧਰ ਹੀ ਕਰ ਲੈਣਾ। ਇਹ ਹੁਣ ਆਪਣੇ 6 ਕੁੰਡੇ ਹੋ ਗਏ। 6 ਕੁੰਡਿਆਂ ਦਾ ਆਪਾਂ ਨਾਲ ਦੀ ਨਾਲ ਇੱਥੇ ਇੱਕ ਕਰ ਦੇਣਾ। ਇਸ ਤਰ੍ਹਾਂ ਸਿੱਧਾ ਹੀ ਇਹਨਾਂ ਨੂੰ ਆਪਾਂ ਬੈਕ ਲੂਪ ਤੋਂ 6 ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ। ਇਸ ਤਰ੍ਹਾਂ ਫਿਰ ਧਾਗਾ ਆਪਣੇ ਵੱਲ ਕਰਕੇ 3 ਕੁੰਡੇ ਉਲਟੇ, 3 ਧਾਗਾ ਪਿੱਛੇ ਕਰ ਲੈਣਾ। ਇੱਥੇ ਫਿਰ ਹੁਣ ਆਪਾਂ 5 ਕੁੰਡੇ ਬਣਾਉਣੇ ਨੇ। 1, 2, 3, 4, 5 ਇਹ ਆਪਣੇ 5 ਕੁੰਡੇ ਬਣ ਗਏ ਨੇ। ਇੱਕ ਆਹ ਵਾਲਾ ਕੁੰਡਾ ਆਪਾਂ ਜਿਹੜਾ ਸਿੱਧਾ ਇਹਨੂੰ ਵੀ ਨਾਲ ਹੀ ਲੈ ਲੈਣਾ ਅਤੇ 6 ਕੁੰਡਿਆਂ ਤੋਂ ਆਪਾਂ ਇੱਥੇ 1 ਕੁੰਡਾ ਕਰ ਦੇਣਾ। ਇਸ ਤਰ੍ਹਾਂ 3 ਕੁੰਡੇ ਉਲਟੇ, ਲਾਸਟ ਵਾਲਾ ਕੁੰਡਾ ਸਿੱਧਾ। 7 ਸਲਾਈਆਂ ਬਣ ਗਈਆਂ ਇਹ ਆਪਣੀਆਂ ਡਿਜ਼ਾਈਨ ਦੀਆਂ। 8ਵੀਂ ਸਿਲਾਈ 'ਤੇ ਆ ਗਏ। 8 ਸਲਾਈਆਂ ਦਾ ਹੀ ਇਹ ਆਪਣਾ ਡਿਜ਼ਾਈਨ ਆ। 3 ਕੁੰਡੇ ਸਿੱਧੇ, 1 ਕੁੰਡਾ ਉਲਟਾ, ਫਿਰ 3 ਕੁੰਡੇ ਸਿੱਧੇ, 1 ਕੁੰਡਾ ਉਲਟਾ, 3 ਕੁੰਡੇ ਸਿੱਧੇ, 1 ਵਾਲਾ ਕੁੰਡਾ ਵੀ ਆਪਾਂ ਸਿੱਧਾ ਹੀ ਬੁਣਦੇ ਹਾਂ। ਇਹ ਆਪਣੀਆਂ 8 ਸਲਾਈਆਂ ਬਣ ਗਈਆਂ ਨੇ। 8 ਸਲਾਈਆਂ ਦੇ ਵਿੱਚ ਆਪਣਾ ਇਸ ਤਰ੍ਹਾਂ ਇਹ ਡਿਜ਼ਾਈਨ ਤਿਆਰ ਹੁੰਦਾ ਗਾ। ਹੁਣ ਫਿਰ ਆਪਾਂ ਪਹਿਲੀ ਸਿਲਾਈ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ। 3 ਕੁੰਡੇ ਉਲਟੇ, 1 ਸਿੱਧਾ, 3 ਉਲਟੇ, ਇਸ ਤਰ੍ਹਾਂ ਇਹੀ ਆਪਾਂ 8 ਸਲਾਈਆਂ ਨੂੰ ਅੱਗੇ ਦੀ ਅੱਗੇ ਰਿਪੀਟ ਕਰਦੇ ਜਾਵਾਂਗੇ ਅਤੇ ਅੱਗੇ ਦੀ ਅੱਗੇ ਆਪਣਾ ਇਸ ਤਰ੍ਹਾਂ ਇਹ ਡਿਜ਼ਾਈਨ ਬਣਦਾ ਜਾਊਗਾ। ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾ ਗਾ। ਉਮੀਦ ਕਰਦੇ ਹਾਂ ਤੁਸੀਂ ਡਿਜ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ। ਜੇਕਰ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ, ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਚਲੋ ਜੀ, ਮਿਲਦੇ ਹਾਂ ਇੱਕ ਨਵੇਂ ਅਤੇ ਸੌਖੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।